ਸਸਿਕਾਲ ਕੀ ਹਾਲ ਮੀਤੀ ਦਾ ਵਧੀਆ ਠੀਕ ਠਾਕ ਤੁਸੀਂ ਦੱਸਿਆ ਹੀ ਨਹੀਂ ਮੈਂ ਅੱਜ ਦੱਸਦੇ ਨਹੀਂ ਇਦਾਂ ਜਾਂਦੇ ਆ ਲੈ ਜਾ ਜੀ ਬੇਟਾ ਜੀ ਪਾਣੀ ਲੈ ਕੇ ਆਓ ਹੋਰ ਸੁਣਾਓ ਸਿਹਤ ਤਾਂ ਠੀਕ ਆ ਸਿਹਤ ਇਦਾਂ ਹੀ ਆ ਦਵਾਈ ਦਾਰੂ ਚੱਲਦਾ ਆ ਉਹ ਖਾਂਦੀ ਰਹਿੰਦੀ ਆ ਠੀਕ ਘਰੇ ਸਾਰਾ ਪਰਿਵਾਰ ਠੀਕ ਹਾਂ ਠੀਕ ਆ ਵੀਰ ਜੀ ਭਾਬੀ ਜੀ ਹੁਣੀ ਭਾਬੀ ਦੇ ਇਦਾਂ ਤੇ ਤੈਨੂੰ ਪਤਾ ਹੀ ਆ ਉਹ ਮੈਡਮ ਸਵੇਰ ਤੋਂ ਚੱਲ ਜਾਂਦੀ ਆ ਆਪਣੀ ਨੌਕਰੀ ਤੇ ਅੱਛਾ ਤੇ ਉਹ ਦੁਕਾਨ ਤੇ ਚੱਲ ਜਾਂਦਾ ਕੱਲੀ ਬੈਠੀ ਰਹਿੰਦੀ ਆ ਘਰ ਸਾਰਾ ਦਿਨ ਬੋਰ ਹੁੰਦੀ ਰਹਿੰਦੀ ਆ ਮੈਂ ਸੋਚਿਆ ਵੀ ਆਪਣੀ ਧੀ ਕੋ ਜਾਂਦੀ ਆ ਤੇ ਨਾਲੇ 10 ਦਿਨ ਰਹਿ ਕੇ ਆਉਂਦੀ ਆ ਫਿਰ ਕੀ ਹੋਇਆ ਮੰਮੀ ਇਹ ਤੇ ਬੜੀ ਵਧੀਆ ਗੱਲ ਆ ਤੁਹਾਡਾ ਆਪਣਾ ਘਰ ਆ ਜਿੰਨੇ ਦਿਨ ਮਰਜ਼ੀ ਰਹੋ ਨਾਲੇ ਆਪਣੀ ਦਵਾਈ ਨਾਲ ਲਿਆਉਣੀ ਦਵਾਈ ਮੈਂ ਲੈ ਕੇ ਆਈ ਆ ਤੇ ਤੁਸੀਂ ਫੋਨ ਕਰ ਦਿੰਦੇ ਨਹੀਂ ਜਾ ਕੇ ਲੈ ਆਉਂਦੇ ਨਾ ਮੈਂ ਕਿਹਾ ਚੱਲ ਫੋਨ ਕੀ ਕਰਨਾ ਵਾ ਇਦਾਂ ਚੱਲ ਜਾਂਦੀ ਆ ਚੁੱਪ ਕੀਤੀ ਮੰਮੀ ਤੁਸੀਂ ਐਵੇਂ ਬੱਸ ਦੇ ਉੱਤੇ ਆਏ ਤੁਸੀਂ ਫੋਨ ਕਰ ਦਿੰਦੇ ਗੱਡੀ ਹੈਗੀ ਚੰਗੀ ਭਲੀ ਸ਼ੈਲੀ ਨੇ ਜਾ ਕੇ ਲੈ ਆਉਣਾ ਸੀ ਨਹੀਂ ਚੱਲ ਛੱਡ ਉਹ ਗਿਆ ਕਿੱਥੇ ਆ ਤੁਹਾਨੂੰ ਤੇ ਪਤਾ ਹੀ ਆ ਮੁੰਡਿਆਂ ਦੇ ਨਾਲ ਫਿਰਦਾ ਹੋਣਾ ਮੈਂ ਤੈਨੂੰ ਅੱਗੇ ਵੀ ਸਮਝਾਇਆ ਆ ਵੀ ਉਹਨੂੰ ਨਾ ਫਿਰਦਿਆ ਕਰ ਮੁੰਡਿਆਂ ਦੇ ਨਾਲ ਉਹਦੀ ਬਹਿਣੀ ਖਲੋਣੀ ਨਹੀਂ ਉਹ ਚੰਗੀ ਅੱਗੇ ਫਸ ਗਿਆ ਸੀ ਨਾ ਤੇ ਕਿੰਨਾ ਪੈਸਾ ਲਾਇਆ ਆ ਤੇ ਉਹਨੂੰ ਘਰ ਬਿਠਾ ਲਿਆ ਕਰ ਗੱਲ ਤੇ ਠੀਕ ਆ ਮੈਂ ਬਥੇਰਾ ਕਹਿੰਦੀ ਆ ਪਰ ਕਿੱਥੇ ਮੰਨਦਾ ਵਾ ਉਹਦਾ ਕਿਹੜਾ ਪਿਓ ਸਿਰ ਤੇ ਆ ਏਦਾਂ ਹੀ ਅੰਡਾਰ ਹੋਇਆ ਤੁਰਿਆ ਫਿਰਦਾ ਆ ਉਹ ਚੱਲ ਕੋਈ ਗੱਲ ਨਾ ਆਉਂਦਾ ਵਾ ਤੇ ਤੁਸੀਂ ਆਪੇ ਕੋਈ ਸਮਝਾਇਓ ਹੁਣ ਮੈਨੂੰ ਇਹ ਦੱਸੋ ਵੀ ਪਹਿਲਾਂ ਰੋਟੀ ਬਣਾਵਾਂਗੇ ਚਾਹ ਨਹੀਂ ਚਾਹ ਹੀ ਘੁੱਟ ਪੀ ਲੈਂਦੇ ਆ ਰੋਟੀ ਮੈਂ ਖਾ ਕੇ ਆਈ ਚਲੋ ਠੀਕ ਆ ਪ੍ਰੀਤ ਹਾਂਜੀ ਆ ਫੜ ਪੇਪਰ ਤੇ ਇਹਨਾਂ ਨੂੰ ਰੱਖ ਲਾ ਤੇ ਉਹ ਹੋ ਗਿਆ ਕੰਮ ਕੰਮ ਬਸ ਹੋ ਹੀ ਗਿਆ ਵਾ ਪਟਵਾਰੀ ਨਾਲ ਸਾਰੀ ਗੱਲਬਾਤ ਹੋ ਗਈ ਆ ਉਹ ਕਹਿੰਦਾ ਤੁਸੀਂ ਸਵੇਰੇ ਭੂਆ ਨੂੰ ਲੈ ਆਇਓ ਤੇ ਪਹਿਲਾ ਨੰਬਰ ਤੁਹਾਡਾ ਲਵਾ ਦੂੰਗਾ ਪਰ ਹੁਣ ਇੱਕ ਕੰਮ ਕਰਿਓ ਉਹਨਾਂ ਨੂੰ ਪਤਾ ਨਾ ਲੱਗ ਜੇ ਚਾਚਾ ਜੀ ਹੁਣਾਂ ਨੂੰ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਲੱਗ ਵੀ ਜਾਊਗਾ ਪਤਾ ਤੇ ਕਿਹੜੀ ਗੱਲ ਆ ਉਹਨਾਂ ਨੇ ਜਦੋਂ ਆਪਣਾ ਹਿੱਸਾ ਨਾ ਕਰਵਾ ਲਿਆ ਤੁਸੀਂ ਆਪਣਾ ਹੀ ਡਏ ਆ ਅਸੀਂ ਕਿਹੜਾ ਡਏ ਆ ਕਿ ਉਹਨਾਂ ਦਾ ਹਿੱਸਾ ਲੱਗੇ ਆਪਣੇ ਨਾਂ ਕਰਵਾ ਲੈਣ ਚਲੋ ਤੁਸੀਂ ਜ਼ਰੂਰੀ ਦੱਸਣਾ ਵਾ ਕਿ ਆਪਾਂ ਭੂਆ ਦਾ ਹਿੱਸਾ ਲਵਾਉਣਾ ਆਪਣੇ ਨਾਂ ਦੇ ਪਤਾ ਤਾਂ ਲੱਗ ਹੀ ਜਾਣਾ ਆ ਚੱਲ ਕੋਈ ਗੱਲ ਨਹੀਂ ਜਦੋਂ ਲੱਗ ਜਾਣਾ ਉਦੋਂ ਤੇ ਲੱਗ ਹੀ ਜਾਣਾ ਪਹਿਲਾਂ ਜ਼ਰੂਰੀ ਆਪਾਂ ਦੱਸਣੀ ਚੱਲ ਠੀਕ ਆ ਇਹਨਾਂ ਨੂੰ ਰੱਖ ਲਾ ਤੇ ਮੈਂ ਤਾਈ ਜੀ ਨਾਲ ਚੱਲਿਆ ਠੀਕ ਆ ਉਹਨਾਂ ਨੂੰ ਦੱਸਦਾ ਤੇ ਭੂਆ ਨੂੰ ਨਾਲੇ ਫੋਨ ਕਰਾ ਦਿੰਦਾ ਵਾ ਠੀਕ ਆ ਅੱਜ ਸਵੇਰੇ ਟਾਈਮ ਨਾਲ ਹੀ ਚੱਲ ਜਿਓ ਫਿਰ ਆਹੋ ਨਹੀਂ ਨਹੀਂ ਸਵੇਰੇ ਹੀ ਟਾਈਮ ਨਾਲ ਚੱਲ ਜਾਣਾ ਆ ਚਲੋ ਠੀਕ ਆ ਹਾਂ ਸਾਹਮ ਕੇ ਰੱਖ ਲਈ ਪੇਪਰ ਹਾਂ ਸਵੇਰੇ ਚਾਹੀਦੇ ਹੀ ਹੋ ਹਾਂਜੀ ਮੈਂ ਹੁਣੇ ਰੱਖ ਲਈ ਚੰਗਾ ਸਤਿ ਸ਼੍ਰੀ ਅਕਾਲ ਨਾਨੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹਾਂ ਚੱਲ ਮੇਰੇ ਤਾਂ ਚੰਗੇ ਆ ਤੇ ਤੂੰ ਕਿਹੜੇ ਸਾਲ ਸੁਪੱਡੇ ਚੜਿਆ ਆ ਉਹ ਮੈਂ ਇੱਧਰ ਗਿਆ ਸੀ ਮੰਡਾ ਕੇ ਮੁੰਡਿਆਂ ਕੋਲ ਤੈਨੂੰ ਮੈਂ ਅੱਗੇ ਵੀ ਸਮਝਾਇਆ ਵੀ ਮੁੰਡਿਆਂ ਵੱਲ ਨਾ ਜਾਇਆ ਕਰ ਕਿੰਨੇ ਪੈਸੇ ਅੱਗੇ ਤੂੰ ਲਵਾਏ ਆ ਤੇ ਤੇਰਾ ਉਹੋ ਹੀ ਕੰਮ ਆ ਜੇ ਵੀ ਤੂੰ ਨਹੀਂ ਕਰਦਾ ਫਿਰ ਜਾਣਾ ਪੈਂਦਾ ਉਹਨਾਂ ਨੂੰ ਬੁਲਾਉਂਦੇ ਆ ਮੈਨੂੰ ਕਿਉਂ ਬੁਲਾਉਂਦੇ ਆ ਤੈਨੂੰ ਕਿੰਨਾ ਕੁ ਜ਼ਰੂਰੀ ਕੰਮ ਆ ਉਹਨਾਂ ਨੂੰ ਤੇਰੇ ਨਾਲ ਯਾਰ ਦੋਸਤ ਆ ਮੇਰੇ ਜਾਣਾ ਤੇ ਪੈਂਦਾ ਹੀ ਆ ਵੇਖ ਲੈ ਮੰਮੀ ਮੈਨੂੰ ਵੀ ਗੁੱਸੇ ਹੁੰਦੇ ਵੀ ਤੂੰ ਖੋਲ ਦਿੱਤੀ ਆ ਡਾਂਟ ਦਿੰਦੀ ਆ ਤੇਰੇ ਯਾਰਾਂ ਦੋਸਤਾਂ ਨਾਲ ਮੈਨੂੰ ਲੱਗਦਾ ਗੱਲ ਕਰਨੀ ਪੈਣੀ ਆ ਤੁਸੀਂ ਆਪ ਹੀ ਗੱਲ ਕਰ ਲਓ ਇਹਦੇ ਨਾਲ ਮੇਰਾ ਤਾਂ ਆਖਾਂ ਮੰਨਦਾ ਨਹੀਂ ਪਸਾ ਦੇਣਾ ਤਾਂ ਤੈਨੂੰ ਫੇਰ ਕਿਸੇ ਕੰਮ 'ਚ ਬੈਠਾ ਰਹੀਂ ਕੀ ਮੰਮੀ ਮੇਰੇ ਦਵਾਲੇ ਹੋਏ ਰਹਿੰਦੇ ਜੇ ਹਜੇ ਨਾਨੀ ਆਈ ਉਹਨੂੰ ਤੇ ਮੇਰੇ ਦਵਾਲੇ ਕਰਾਤਾ ਵਾ 24 ਘੰਟੇ ਦਾ ਡਾਹੀ ਹਾਲ ਹੁੰਦਾ ਦੋਨਾਂ ਦਾ ਤੂੰ ਬਾਬਾ ਕੁੜੀ ਨੂੰ ਪਿਆ ਨਾ ਕਰ ਤੈਨੂੰ ਮੈਂ ਗੱਲ ਦੱਸਾਂ ਚੰਗਾ ਤੇਰੇ ਕੰਮ ਹੀ ਇਦਾਂ ਦੇ ਆ ਦਵਾਲੇ ਹੋਣ ਵਾਲੇ ਵੇਖ ਲਓ ਮੰਮੀ ਜਦੋਂ ਵੀ ਕਹਿੰਦੀ ਇਦਾਂ ਪੈਂਦਾ ਜੇ ਮੇਰੀ ਤੁੱਕੀ ਨਹੀਂ ਮੰਨਦਾ ਨਹੀਂ ਮੰਨਦਾ ਤੇ ਤਾਂ ਹੀ ਉਹ ਕੁੱਤੇ ਵਾਂਗ ਤੁਰਿਆ ਫਿਰਦਾ ਵਾ ਲੋਕਾਂ ਦੇ ਨਾਲ ਇਹ ਮੁੰਡੇ ਨੇ ਵੀ ਕੱਲ ਨੂੰ ਪਤਾ ਨਹੀਂ ਕੀ ਚਾਹੁੰਦੇ ਚੜਾਉਣਾ ਆਪੇ ਕਿਦੋਂ ਕੋ ਖਾ ਲਊਗਾ ਤੇ ਫਿਰ ਬਹਿ ਜੂਗਾ ਮਾਨ ਦੇ ਨਾਲ ਇਹਦੇ ਮਗਰ ਵੀ ਕਿਸੇ ਨਹੀਂ ਜਾਣਾ ਮੈਨੂੰ ਤਾਂ ਆਉਣ ਵਾਲੇ ਦਿਨ ਮਾੜੇ ਦਿਖਾਈ ਦੇਣ ਡਏ ਜਦੋਂ ਬਹਿਣਾ ਨਹੀਂ ਪੁੱਠਿਆਂ ਕੰਮਾਂ 'ਚ ਜਾਣਾ ਵਾ ਤਾਂ ਦਿਨ ਤੇ ਆਪੇ ਵੀ ਮਾੜੇ ਹੋਣੇ ਸਾਰੇ ਕਹਿ ਦਿੰਦੇ ਤੂੰ ਭੂਏ ਚੜਾਇਆ ਕਹਿੰਦੀ ਨਹੀਂ ਮੈਂ ਤਾਂ ਬਥੇਰਾ ਕਹਿੰਦੀ ਹਾਂ ਭੂਏ ਕੌਣ ਚੜਾਉਂਦਾ ਮਾਵਾਂ ਥੋੜੀਆਂ ਭੂਏ ਚੜਾਉਂਦੀਆਂ ਆ ਮਾਵਾਂ ਦੀ ਮੰਨਦੇ ਹੀ ਨਹੀਂ ਅੱਜ ਕੱਲ੍ਹ ਸੰਦੀਪ ਉਹ ਤਾਂ ਚਾਹ ਬਣਾ ਕੇ ਇਹਨਾਂ ਵੱਜ ਗਏ ਜਾ ਫਿਰ ਕੋਈ ਕੰਮ ਧੰਦਾ ਕਰੀਏ ਸਰਕਾਰੀ ਫੀਸ ਵੀ ਦੇਤੀ ਉਹਨੂੰ ਉਹ ਕਹਿੰਦਾ ਕੱਲ ਨੂੰ ਟਾਈਮ ਨਾ ਆ ਜਾਓ ਤੁਸੀਂ ਉਹੀ ਮੈਂ ਤੁਹਾਨੂੰ ਦੱਸਣ ਆਇਆ ਤੇ ਨਾਲੇ ਸਲਾਹ ਕਰਨ ਆਇਆ ਕਿ ਭੂਆ ਜੀ ਨੂੰ ਫੋਨ ਕਰਕੇ ਮਾੜਾ ਜਿਹਾ ਦੱਸ ਦਈਏ ਆਪਾਂ ਦੋਵੇਂ ਚੱਲੀਏ ਸਵੇਰੇ ਸਵਖਤੇ ਲੈ ਆਵਾਂਗੇ ਭੂਆ ਜੀ ਨੂੰ ਚੱਲ ਪੁੱਤ ਆ ਵੀ ਵਧੀਆ ਕੀਤਾ ਇੰਨੀ ਭੱਜ ਦੌੜ ਕਰ ਲਈ ਆ ਤੂੰ ਤੇ ਚੱਲ ਕੰਮ ਸਿਰੇ ਚੜ ਜੂਗਾ ਹੋਰ ਕੀ ਤਾਈ ਜੀ ਭੱਜ ਦੌੜ ਕੀਤੇ ਆ ਕੰਮ ਬਣਦੇ ਆ ਘਰ ਬੈਠਾ ਤਾਂ ਬਣਦੇ ਨਹੀਂ ਤੇਰੇ ਟਾਈਮ ਨਾਲ ਚੱਲੀਏ ਤੇ 9 ਵਜੇ ਤੱਕ ਚੜੀ ਪਹੁੰਚ ਜੀਏ ਜਿਹੜੇ ਹਾਂਜੀ ਹਾਂਜੀ
मम्मी जी हुण इह हिस्सा साडे दोवां दे नां होऊगा ना, किते हुण चाचा दे नां ते ना चढ़ जूगा। नहीं नहीं साडे नां ही होणा, कि चाचे दे नां ते हो गई दूजी भूआ वाला। अपने नां ही चढ़ना है, तुसीं फिकर ना करो, हुण भूआ ने जदों आप आ के नाल ते साडे नां ही होणा है हिस्सा। ठीक है फिर टाइम चल जाओ सवेरे। नहीं नहीं कोई गल नहीं, टाइम ना चलांगे। चलो ठीक है ताई जी, मैं चलदा फिर। ना मैं चाह लगी हूं बनाउण। चल जाओ बना लिओ फिर। कवल कित्थे गया ताई जी? कवल इत्थे ना आ गया लिंग गया जा ता। अच्छा, ये ता देखो हाल है ना। मैनूं ये दसो भी पैली दा की बनया, लाई के बने के नहीं? पैली दा की दसां, एक दिन बिकी ਦੇ ਦੋ ਸਾਨੂੰ। ਅੱਛਾ, ਤੇ ਮੈਂ ਵੀ ਅਗਲੇ ਪਾਸੇ ਮੈਂ ਕਿਹੜੀ ਏਡੀ ਕੱਚੀ ਕੁੜੀ ਜਿਹੜੀ ਇਹਨਾਂ ਨੂੰ ਮੈਂ ਪੈਲੀ ਦੇ ਦਾਂ। ਮੈਂ ਪੈਲੀ ਨਹੀਂ ਗੀ ਦੇਣੀ, ਪੈਲੀ ਦਊ ਇਹਨਾਂ ਨੂੰ ਮੁੱਲ ਰੇਟ ਦੇ ਨਾਲ, ਨਾ ਲੈਣਗੇ ਤੇ ਮੈਂ ਕਿਤੇ ਬਾਹਰ ਵੇਚ ਦੂੰਗੀ। ਠੀਕ ਆ ਗਏ, ਤੁਰੇ ਪੈਣ ਦੋ ਇਹਨਾਂ ਨੂੰ ਮਾਰ ਮਗਰਾ ਜੇ। ਪੈਲੀ ਮਹਿੰਗੀ ਬੜੀ ਆ, ਆਪਣਾ ਇੱਕ ਇੱਕ ਪੈਸਾ ਵਸੂਲ ਕਰਕੇ ਤੇ ਫਿਰ ਕਿਸੇ ਗੱਲ 'ਚ ਆਇਓ। ਨਾ ਮੈਂ ਤੇ ਕਦੀ ਵੀ ਨਹੀਂ ਛੱਡਣੀ ਪੈਲੀ, ਸਾਰਿਆਂ ਨੂੰ ਲੋੜ ਆ ਘਰਾਂ ਦੀ। ਮੇਰੀ ਗੱਲ ਸੁਣ, ਤੂੰ ਟੈਨਸ਼ਨ ਨਾ ਲੈ, ਮੈਂ ਪੈਲੀ ਰੇਟ ਨਾਲ ਹੀ ਦੇਣੀ ਆ। ਉਸ ਤੇ ਮੈਂ ਦਊਂ ਤੇਰੇ ਭਰਾਵਾਂ ਨੂੰ ਵਿੱਚੋਂ ਪੈਸੇ, ਤੇ ਉਹ ਦਊਂਗੀ ਤੈਨੂੰ। ਤੇ ਹੋਰ ਕੀ, ਆਖਿਰ ਤੁਹਾਡੇ ਵੀ ਤਾਂ ਕੋਈ ਫਰਜ਼ ਆ ਸਾਡੇ ਪ੍ਰਤੀ, ਪੈਲੀ ਸਾਰਿਆਂ ਦੀ ਸਾਂਝੀ ਆ। ਜੇ ਤੁਹਾਡੇ ਨਾਂ ਆ ਤਾਂ ਸਾਡੇ ਵੀ ਸਾਰੇ ਭੈਣ ਭਰਾਵਾਂ ਦਾ ਹਿੱਸਾ ਬਣਦਾ ਵਾ। ਤੁਸੀਂ ਇਹਨਾਂ ਦੀਆਂ ਗੱਲਾਂ 'ਚ ਨਾ ਐਵੇਂ ਆ ਜਾਓ, ਲਾਇਓ। ਮੈਂ ਗੱਲਾਂ 'ਚ ਆਉਣ ਵਾਲੀ ਆ ਕਿਤੇ? ਮੈਂ ਤੇ ਪੰਜ ਲੈ ਲਈ ਆ ਨੋਟਾਂ ਦੀ। ਪੂਰੇ ਪੈਸੇ ਆਪਣੇ ਹੱਥਾਂ 'ਚ ਕਰਕੇ ਤੇ ਫੇਰ ਅੰਗੂਠਾ ਲਾਇਓ। ਨਹੀਂ ਤੇਰੀ ਲਾਵਾਂਗੀ, ਤੇਰੀ ਸਲਾਹ ਨਾਲ ਹੀ ਕਰੂੰਗੀ, ਜੋ ਤੂੰ ਮੈਨੂੰ ਸਲਾਹ ਦੇਵੇਂਗੀ ਉਸੇ ਹਿਸਾਬ ਨਾਲ ਮੈਂ ਚੱਲਣਾ ਵਾ। ਠੀਕ, ਤੇਰੀ ਸਲਾਹ ਨਾਲ ਹੀ। ਠੀਕ ਹੈ, ਤਾਂ ਹੀ ਤਾਂ ਮੈਂ ਤੇਰੇ ਕੋਲ ਆਈ ਹਾਂ ਤੇਰੀ ਸਲਾਹ ਲੈਣ, ਅਤੇ ਨਾਲੇ ਇੱਥੋਂ ਹੈ ਵੀ ਲੱਗ ਗਈ ਆ। ਅਤੇ ਮੈਂ ਕਿਸੇ ਦਿਨ ਜਾ ਕੇ ਹੁਣ ਕਿਹਾ ਨਾ ਉਹਨਾਂ ਨੂੰ ਕਿ ਪੈਲੀ ਤੁਸੀਂ ਖਰੀਦਣੀ ਆ ਖਰੀਦ ਲਓ, ਨਹੀਂ ਤਾਂ ਮੈਂ ਬਾਹਰ ਦੇ ਦੇਣੀ ਜੇ। ਆਹੋ ਮੰਮੀ, ਪਹਿਲਾਂ ਇੱਕ ਵਾਰੀ ਕੰਨਾਂ 'ਚ ਕੱਢ ਦਿਓ, ਪੈਸਿਆਂ ਦਾ ਡੰਬਰ ਕਰ ਲੈਣਗੇ। ਐਵੇਂ ਕੱਲ੍ਹ ਨੂੰ ਬਹਾਨੇ ਬਣਾਉਂਦੇ ਫਿਰਨਗੇ ਵੀ ਅਜੇ ਪੈਸੇ ਨਹੀਂ ਪੂਰੇ ਹੋਏ, ਬਾਅਦ 'ਚ ਦੇ ਦਾਂਗੇ। ਧੀਏ, ਗੱਲ ਤਾਂ ਆ ਤੇਰੀ ਠੀਕ, ਮੈਂ ਉਹਨਾਂ ਨੂੰ ਇਹ ਕਹਿਣਾ ਆ ਵੀ ਪਹਿਲਾਂ ਪੈਸੇ ਦਿਓ ਅਤੇ ਫਿਰ ਮੈਂ ਪੈਲੀ ਤੁਹਾਡੇ ਨਾਂ ਕਰਨੀ ਹੈ। ਠੀਕ ਆ, ਕਿ ਭਾਣਾ ਭਰਾਵਾ ਤਾਂ ਹੋਰ ਉਹਨਾਂ ਨਾ ਵੀ ਉੱਧਰੋਂ ਮੈਂ ਪੈਲੀ ਕਰਦਾ ਤੇ ਮੁੜ ਕੇ ਕਿਤੇ ਪੈਸਾ ਹੀ ਨਾ ਮੈਨੂੰ ਕੋਈ ਫੜਾਉਣ। ਮੁੜ ਕੇ ਨਹੀਂ ਕਹਿੰਦੇ ਪੱਲਾ ਫੜਾਉਣਾ? ਹਾਂ, ਪਹਿਲਾਂ ਪੈਸਿਆਂ ਦੀ ਢੇਰੀ ਕਰੂੰਗੀ ਆਪਣੇ ਪਾਸੇ ਤੇ ਫਿਰ ਕਰੂੰਗੀ ਕੰਮ। ਵਿੱਕੀ ਛੇਤੀ ਘਰ। ਹਾਂ ਜੀ, ਹਾਂ ਜੀ ਤਾਈ ਜੀ, ਮੈਂ ਤਾਂ ਤਿਆਰ ਹੀ ਹਾਂ। ਆ ਗਏ ਤੁਸੀਂ? ਹਾਂ ਮੈਂ। ਪ੍ਰੀਤਾ, ਪ੍ਰੀਤਾ ਲਿਆ ਮੇਰਾ ਪਰਸ। ਚੱਲੀਏ ਫਿਰ ਆਪਾਂ। ਹਾਂ ਚੱਲੀਏ। ਉਹ ਕਾਗਜ਼ ਰੱਖਦੇ ਨਾ ਬਾਕੀ ਗੱਡੀ 'ਚ। ਸਾਰਾ ਸਮਾਨ ਰੈਡੀ, ਤੁਸੀਂ ਬਸ ਜਾਓ ਹੁਣ। ਚਲੋ ਆ ਜਾਊਗਾ, ਟਾਈਮ ਨਾਲ ਹੀ ਨਿਕਲੀਏ। ਵਾਹਿਗੁਰੂ ਮਹਾਰਾਜ, ਹੁਣ ਕੰਮ ਸਿਰੇ ਚੜ੍ਹ ਜਾਏ ਸੀ, ਲੱਗ ਜਾਵੇ ਪੈਣੀ ਨਾ, ਕੋਈ ਹੋਗਾ ਨਾ ਪੈਣੀ ਲੱਗੇਗੀ। ਸਰਵਣ ਕਿੱਥੇ? ਸਰਵਣ ਗਏ ਕਿਤੇ। ਅੱਛਾ, ਤੇ ਆ ਜਾਂਦੇ ਨੇ ਛੋਟੇ ਮੁੰਡੇ ਨਾਲ ਕੀਤੀ ਗੱਲ ਤੇ ਆਉਣ ਡਏ ਨੇ। ਚਲੋ ਕੋਈ ਨੀ, ਫਿਰ ਉਹ ਆ ਜਾਂਦੇ ਆ ਤਾਂ ਉਹਨਾਂ ਨੂੰ ਦੱਸ ਦਾਂਗੇ ਮਾੜਾ ਜਿਹਾ, ਹਨਾ? ਨਹੀਂ ਦੱਸਣਾ ਤੇ ਹੈ। ਹਾਂਜੀ ਹਾਂਜੀ, ਉਹ ਫਿਰ ਅੱਜ ਦਾ ਟਾਈਮ ਮਿਲਿਆ ਨਾ, ਪਟਵਾਰੀ ਨਾਲ ਗੱਲ ਹੋਈ ਸੀ ਤੇ ਅੱਜ ਦੀ ਅਪੋਇੰਟਮੈਂਟ ਲਈ ਆ। ਅੱਛਾ, ਉਹ ਕਹਿੰਦਾ ਸੀ ਵੀ ਅੱਜ ਹੋਣੀ ਆ, ਨਾ ਤੇ ਪੈਸੇ ਤੇ ਮੈਂ ਕੱਲ ਦੇ ਭਰਤੇ ਸੀ। ਠੀਕ ਆ, ਹਾਂਜੀ ਹੁਣ ਜਾ ਕੇ ਫਿਰ ਅੱਜ ਕਰਾ ਲਾਂਗੇ ਨਾ ਤੇ। ਚਲੋ ਡੀਕ ਲੈਨੇ ਆ ਘੜੀ, ਫਿਰ ਉਹਨਾਂ ਨੂੰ ਆ ਜਾਣਗੇ ਟਾਈਮ ਨਾ। ਆ ਜਾਣਾ ਤੇ ਤੁਸੀਂ ਕਰਾ ਲਓ, ਮੇਰੀ ਵੀ ਟੈਨਸ਼ਨ ਮੁੱਕੇ। ਹਾਂਜੀ ਹਾਂਜੀ, ਕੋਈ ਗੱਲ ਨਹੀਂ। ਜੀ ਤੁਹਾਨੂੰ ਤੇ ਆਪਣੀ ਸਿਹਤ ਦਾ ਪਤਾ ਹੀ ਹੈ, ਹਾਰਟ ਅਟੈਕ ਤੁਹਾਡੇ ਕੋਲ ਜਾ ਨਹੀਂ ਜਾਂਦਾ।
ਐਡੀ ਦੂਰ ਚੱਲ ਜਾਓਗੇ ਇਹਨਾਂ ਨਾਲ? ਵਿੱਕੀ ਤੁਹਾਨੂੰ ਤਾਂ ਪਤਾ ਹੀ ਆ ਯਾਰ, ਸਾਰਾ ਹਿੱਸਾ ਤਾਂ ਤੁਹਾਡਾ ਆ, ਬਿਜੀ ਤਾਂ ਅੱਗੇ ਨੇ ਠੀਕ ਰਹਿੰਦੇ। ਐਡੀ ਕਾਹਲੀ ਕਾਹਤੋਂ ਕਰਨ ਡੇ ਜੇ, ਜਦੋਂ ਬਿਜੀ ਠੀਕ ਹੋਣਗੇ ਤਾਂ ਮੈਂ ਆਪ ਖੁਦ ਗੱਡੀ 'ਚ ਲੈ ਕੇ ਆਵਾਂਗੇ ਬਿਜੀ ਨੂੰ। ਨਹੀਂ ਭਾਅ ਜੀ, ਕਾਹਲੀ ਕਿੱਥੋਂ ਕਰਨ ਡੇ ਹਾਂ, ਅਸੀਂ ਤਾਂ ਕਹਿਣ ਡੇ ਹਾਂ ਕਿ ਚਲੋ ਜਿਹੜਾ ਕੰਮ ਹੋ ਜੇ ਉਹ ਹੀ ਸਹੀ ਆ, ਅਤੇ ਨਾਲੇ ਕੱਲ੍ਹ ਦੇ ਪੈਸੇ ਭਰਤੇ ਆ, ਕਿਉਂਕਿ ਅਪੋਇੰਟਮੈਂਟ ਪਹਿਲਾਂ ਲੈਣੀ ਪੈਂਦੀ ਆ ਚੰਡੀਗੜ੍ਹੋਂ, ਤੁਹਾਨੂੰ ਤਾਂ ਪਤਾ ਹੀ ਹੋਣਾ। ਤਾਂ ਕਰਕੇ ਫਿਰ ਕੱਲ੍ਹ ਤਾਂ ਫੋਨ ਕਰਤਾ ਸੀ ਸਰਵਣ ਭਾਅ ਜੀ ਨੂੰ, ਉਹ ਕਹਿੰਦੇ ਸੀ ਕੋਈ ਗੱਲ ਨਹੀਂ ਆ ਕੇ ਲੈ ਜਿਓ ਤੁਸੀਂ। ਕੀ ਗੱਲ ਕਰਦਾ ਸਰਵਣ ਦੀ, ਉਹਨੂੰ ਸਵਾਹ ਪਤਾ ਘਰ ਦਾ ਕੀ ਘਰ 'ਚ ਚੱਲਣ ਡਿਆ ਵਾ, ਨਾਲੇ ਭਰਾ ਤੁਸੀਂ ਬਿਜ ਨੂੰ ਖੜਨਾ ਹੈ ਨਾ, ਤੁਸੀਂ ਲੈ ਜਾਓ, ਮੇਰੇ ਵੱਲੋਂ ਕੋਈ ਨਾ ਨਹੀਂ, ਪਰ ਆਪਣੀ ਜ਼ਿੰਮੇਵਾਰੀ 'ਤੇ ਲੈ ਜਾਓ, ਜੇ ਕੱਲ੍ਹ ਨੂੰ ਕੁਝ ਹੋ ਗਿਆ ਨਾ ਜਵਾਬ ਤੁਸੀਂ ਦੇਣਾ ਵਾ। ਨਾ ਫਿਕਰ ਕਰ, ਅਸੀਂ ਆਪ ਹੀ ਲੈ ਕੇ ਜਾਵਾਂਗੇ ਅਤੇ ਆਪ ਹੀ ਛੱਡ ਕੇ ਜਾਵਾਂਗੇ, ਠੰਡੇ ਦੀ ਬੋਤਲ ਰੱਖ ਲਾਂਗੇ ਵਿੱਚ ਨਾਲ। ਤੁਸੀਂ ਮੇਰੀ ਗੱਲ ਸੁਣੋ, ਜਾਣ ਦਿਓ ਬੀਜੀ ਨੂੰ, ਜੇ ਬੀਜੀ ਜਾਣਦੇ ਨੇ ਤਾਂ ਉਹਨਾਂ ਨੂੰ ਜਾਣ ਦਿਓ ਵੀ, ਆਪਣੀ ਜ਼ਿੰਮੇਵਾਰੀ 'ਤੇ ਉਹਨਾਂ ਨੇ ਖੜਨਾ ਵਾ, ਕੁਝ ਨਹੀਂ ਹੁੰਦਾ ਬੀਜੀ ਨੂੰ, ਤੁਸੀਂ ਐਵੇਂ ਸੋਚੀ ਜਾਂਦੇ ਜੇ ਗਾਂਹ ਗਾਂਹ ਦੀ। ਬੀਬੀ ਨੂੰ ਜਾਂ ਤੋਂ ਕਿਉਂ ਡਿਆ ਮਨਾ ਕਰਨਾ, ਮੈਂ ਤਾਂ ਸਗੋਂ ਕਹਿਣ ਡਿਆ ਕਿ ਇਹਨਾਂ ਦਾ ਹੱਕ ਬਣਦਾ ਵਾ ਆਪਣਾ ਲੈਣ, ਪਰ ਮੈਂ ਤਾਂ ਕਹਿਣ ਡਿਆ ਕਿ ਬੀਬੀ ਠੀਕ ਨਹੀਂ ਰਹਿੰਦੀ, ਅਤੇ ਬਸ ਮੰਜੇ ਤੋਂ ਦਹੇਲ ਦੇਣੀ ਹੈ, ਐਵੇਂ ਨਾਲੇ ਬੀਬੀ ਦਾ ਯਾਰ ਮੰਜੇ ਤੋਂ ਲੰਘ ਜਾਂਦਾ ਵਾ, ਬਸ ਬਿਪਤਾ ਸਾਨੂੰ ਪਈ ਰਹਿੰਦੀ ਹੈ, ਅਤੇ ਬਾਕੀ ਕੋਈ ਨਹੀਂ ਮੇਰੇ ਵੱਲੋਂ ਨਾ ਨਹੀਂ ਹੈਗੀ, ਤੁਸੀਂ ਖੜ ਸਕਦੇ ਬੀਬੀ ਨੂੰ, ਤੁਸੀਂ ਆਪਣਾ ਕਰਾਓ ਕੰਮ ਜਾ ਕੇ। ਚਲੋ ਕੋਈ ਗੱਲ ਨਹੀਂ, ਹੁਣ ਸਾਰੇ ਪੈਸੇ ਪੂਸੇ ਭਰੇ ਆ, ਅਸੀਂ ਧਿਆਨ ਨਾਲ ਹੀ ਖੜਾਂਗੇ, ਤੁਸੀਂ ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਾਡੀ ਰਿਸਪੋਂਸੀਬਿਲਟੀ ਆ, ਨਾ ਤੁਸੀਂ ਫਿਕਰ ਕਰੋ, ਭੂਆ ਆ ਸਾਡੀ। ਤੁਸੀਂ ਫਿਰ ਜਾਓ ਬਾਬੇ ਦਾ ਨਾਂ ਲੈ ਕੇ, ਬੀਜੀ ਮੈਂ ਦਵਾਈ ਲਿਆਦਾ ਤੁਹਾਨੂੰ ਨਾਲ, ਰੱਖ ਲਿਓ ਵੀ, ਲੈ ਜੂਠੋ ਚੱਲੀ, ਤੁਸੀਂ ਨਿਮਕੇ ਦੀ ਬੋਤਲ ਰੱਖ ਲਿਓ ਨਾਲ, ਨਾ ਰੱਖ ਲਾਂਗੇ, ਦਿਲ ਖਰਾਬ ਹੋ ਜਾਂਦਾ ਬੀਜੀ ਦਾ। ਵਿੱਕੀ ਕਿੱਦਾਂ, ਫਿਰ ਠੀਕ ਰਿਹਾ ਕੰਮ? ਹਾਂਜੀ ਠੀਕ ਹੀ ਰਿਹਾ। ਹੋ ਗਿਆ ਕੰਮ ਪਹਿਲੀ ਦਾ? ਹਾਂਜੀ ਹਾਂਜੀ ਹੋ ਗਿਆ ਸਾਰਾ, ਨਿਬੜ ਗਿਆ। ਤੁਸੀਂ ਤਾਂ ਸ਼ਾਮਾਂ ਹੀ ਪਾਤੀਆਂ ਯਾਰ, ਬਹੁਤ ਟਾਈਮ ਲੱਗ ਗਿਆ। ਸ਼ਾਮਾਂ ਫਿਰ ਤਹਿਸੀਲਦਾਰ ਨੇ ਟਾਈਮ ਲਾਤਾ, ਉਹ ਥੋੜ੍ਹਾ ਲੇਟ ਕਰਦਾ, ਨਹੀਂ ਨੰਬਰ ਸਾਡਾ ਪਹਿਲਾਂ ਲੱਗਾ ਸੀ। ਠੀਕ ਹੈ। ਆਹ ਵੀ ਬੜਾ ਵੱਡਾ ਬੋਝ ਲੱਥਾ ਸਿਰ ਤੋਂ। ਬੜਾ ਕਹਿ, ਮੇਰੇ ਤਾਂ ਆਪ ਬੜੀ ਟੈਨਸ਼ਨ ਸੀ, 24 ਘੰਟੇ ਦੀ ਟੈਨਸ਼ਨ ਸੀ, ਚਲੋ ਮੇਰੀ ਵੀ ਮੁੱਕੀ, ਬਹੁਤ ਸੋਹਣਾ ਹੋ ਗਿਆ। ਬੀਜੀ ਫਿਰ ਠੀਕ ਹੀ ਰਹੀ? ਹਾਂ ਠੀਕ ਹੀ ਰਿਹਾ, ਜਾਂਦਿਆਂ ਕੀਤਾ ਸੀ ਥੋੜ੍ਹਾ ਜਿਹਾ ਮਨ ਜਿਹਾ ਖਰਾਬ, ਅਤੇ ਆਉਂਦਿਆਂ ਤਾਂ ਫਿਰ ਠੀਕ ਹੀ ਰਹੇ ਨੇ। ਆਹੋ, ਇਹਨਾਂ ਨੂੰ ਸਫ਼ਰ ਨਹੀਂ ਨਾ ਸਿਖਾਉਂਦਾ। ਹਾਂ ਵਧੀਆ ਹੋ ਗਿਆ, ਜਿਹੜਾ ਕੰਮ ਟਾਈਮ ਨਾਲ ਹੋ ਗਿਆ। ਮੈਂ ਚਾਹ ਬਣਾ ਕੇ ਲਿਆਉਂਦੀ ਹਾਂ। ਚਲੋ ਠੀਕ ਹੈ ਫਿਰ ਭੂਆ ਜੀ, ਚੱਲੀਏ। ਚਲੋ ਚੱਲੀਏ। ਤੁਸੀਂ ਕੋਈ ਫਿਕਰ ਫਿਕਰ ਨਾ ਕਰਿਓ। ਚੁੱਪ ਕਰ, ਇੱਕ ਮਿੰਟ ਹੁਣੇ ਲਾਉਣਾ ਹੁਣ। ਚੰਗੀ ਗੱਲ ਕੀਤੀ ਇਹਨੇ। ਬੀਜੀ ਆਹ ਤੁਹਾਡੇ ਪੇਕਿਆਂ ਦਾ ਫੋਨ ਆਉਣ ਡਿਆ ਜੀ। ਅੱਛਾ, ਕਰ ਲਓ ਗੱਲ। ਹੈਲੋ ਹੈਲੋ, ਓਏ ਸਤਿ ਸ਼੍ਰੀ ਅਕਾਲ। ਨਹੀਂ ਸਾਡੇ ਹਾਲ ਕਾਹਦੇ ਆ, ਕਰਤਾ ਨਾ ਉਹੀ ਕੰਮ। ਹੈਂ, ਮੈਨੂੰ ਦੁੱਧ ਨਾ ਦਿਓ, ਸਾਰੇ ਇਕੱਠੇ ਆਉਣਗੇ ਤਾਂ ਫਿਰ ਪੈਲੀ ਨਾਲ ਵਾਹਵਾਂਗੇ, ਸਾਰਿਆਂ ਨੂੰ ਇਕੱਠੇ ਕਰ ਲਓ। ਅਤੇ ਹੁਣ ਮੈਨੂੰ ਪੁੱਛਿਆ ਹੀ ਨਹੀਂ, ਦੇਤੀ ਨਾ ਮੇਰੇ ਸ਼ਰੀਕਾਂ ਨੂੰ ਪੈਲੀ। ਆਹ ਚੰਗਾ ਕੰਮ ਨਹੀਂ ਕੀਤਾ ਤੁਸੀਂ। ਤੂੰ ਤਾਂ ਗੱਲਾਂ ਹੀ ਬੜੀਆਂ ਕਰਨਾ ਵਾ, ਤੇ ਮੈਂ ਕੋਈ ਵਾਧੂ ਉਹਨੂੰ ਲਾਤੀ ਉਹਨਾਂ ਦੇ ਨਾਂ, ਜਿਹੜਾ ਉਹਨਾਂ ਦਾ ਹਿੱਸਾ ਬਣਦਾ ਸੀ ਉਹ ਹੀ ਲਾਇਆ ਵੇ। ਨਹੀਂ ਗੱਲਾਂ ਹੀ ਕਰਦੇ ਹਾਂ, ਹੋਰ ਮੇਰੇ ਪੱਲੇ ਵੀ ਰਹਿ ਗਿਆ ਹੁਣ? ਉਦਣ ਤਾਂ ਮੈਨੂੰ ਆਉਂਦੇ ਹੋ ਕਿ ਤੂੰ ਉਹਨਾਂ ਨੂੰ ਨਾਲ ਲਿਆ ਗਿਆ, ਮੈਂ ਸਾਰਿਆਂ ਨੂੰ ਨਾਲ ਲਿਆ ਕੇ ਫਿਰ ਇਕੱਠਿਆਂ ਕਰਕੇ ਪੈਲੀ ਨਾਲ ਆਉਣੀ ਆ, ਤੇ ਮੈਨੂੰ ਹੁਣ ਕਿਸੇ ਨੇ ਪੁੱਛਿਆ ਕਿਸਿਆ ਵੀ ਨਹੀਂ। ਤੂੰ ਮੇਰੀ ਭੈਣ ਦੀ ਵੀ ਲਵਾ ਲਈ, ਇਕੱਲੀ ਨੇ ਇਕੱਲੇ ਨੇ ਲਵਾ ਲਈ ਆ। ਨਹੀਂ ਮੈਂ ਬੜਾ ਮੁਰੱਬਾ ਨਾਲ ਲਵਾ ਲਿਆ, ਤੁਹਾਡੀ ਭੈਣ ਦੀ ਨਾਲ ਜਿਹੜੀ ਲਵਾ ਲਈ ਆ ਪੈਲੀ, ਮੈਂ ਉਹ ਵੀ ਮੈਂ ਪੈਸੇ ਦੇ ਕੇ ਲਈ ਆ।
किन्ने पैसे दिते उन्हूं। गल वा इदा भी तुसीं पैली लवाती है मेरे दुश्मनां दे नां दे ते तुहाडे वास्ते हुण ना साडे घर दे दरवाजे बंद जे ना ही तुहाडे घर आउणा जे ते ना हुण तुसीं आयो। कोई नहीं दरवाजे बंद ने ते उधर मेरे खुले ने मैं आ जा करांगी उधर तेरे वल नहीं आउंदी। इधर आ भी ना जायो किते गलती नाल इधर तुहाडा हुण कोई नहीं गा तुहाडा हुण उधर ही आ जोग जागा वा। तू तो चलाक ही बड़ा वा तू तो हेरा फेरियां करना वा उन्हें बेचारे कोई गल ही नहीं की। नहीं चलाक मैं वा के वह चलाक ने कनों कन कि तुम्हें खबर नहीं लगन दी मैं पता नहीं लगन दी तो पैली लवाती उन्होंने ना वो भी चलाक तो तुम भी चलाक तो कई तुम मिल जाते हो। चलो ठीक है सत श्रीकाल ते अज तो बाद हटे ना तुम आओ ना ही आने मुक्की गल वेख्या जी तुम को भूआ से ज्यादा यकीन कर दे तुम तो अखा भीड़ के यकीन कर दिया फिर तू फिक्र ना कर तू चुप की रह इन्हों की भूआ के ना जी हैगी पैली मैं कितना कितने इन्होंने बार थले लै ही आना वा ये मैं कसर कढ लैनी आ बस तू दड़ वटी रख चुप की रह बस मैं आपे कर लूँ जो करना ठीक है जी दसागा तेन मैं कि हों के मामे घरों आया फोन नहीं उसे वालों मनवीर वालों। अच्छा ओदे गल्लां ही बड़ियां करन दिया आंदा मेरे दरवाजे घर दे बंद ने तेरे वास्ते पैड़ी ना कर दिंदी ते फिर खुले ही नहीं ओ तो आंदा ही ठगियां ते मैं क्यों ठगी मार दी। नहीं तुसीं वधिया कीता एक को ते उन्होंने लवा ली है हुण इन्हां दा ते बंदा ही ना हक ओदे जिज भी इहदे च वी लल्ला ते मैं नहीं इह काम कीता हां ओ ते मेरे बोलदा नहीं बड़ा डिया वा बोलदा रहे बोलदा ते मैनूं नहीं परवाह आईदी। ਵਧੀਆ ਕੀਤਾ ਤੁਸੀਂ ਆਹੋ ਮੈਂ ਪਈ ਹਾਂ ਅੱਗੋ ਜੀ ਇਹ ਮਾਮੇ ਨੇ ਨਾ ਤੇ ਇਹ ਮਾਮੇ ਦੇ ਮੁੰਡੇ ਨੇ ਸ਼ੁਰੂ ਤੋਂ ਹੀ ਬੇਈਮਾਨੀ ਦਿਲ 'ਚ ਰੱਖੀ ਹੈ ਤੇ ਰੱਖੀ ਹੈ ਨਾ ਬੇਈਮਾਨੀ ਤੇ ਰੱਬ ਵੀ ਉੱਥੇ ਹੀ ਰੱਖਦਾ ਵਾ ਜਿਹੜੇ ਜਿਹਦੇ ਢਿੱਡ 'ਚ ਬੇਈਮਾਨੀ ਹਾਂਜੀ ਰੱਬ ਤਾਂ ਨਹੀਂ ਹੋਣ ਦਿੰਦਾ ਕਿਹਦਾ ਹਿੱਸਾ ਲੈ ਕੇ ਤੇ ਕਿੱਥੇ ਚੱਲ ਜਾਣਾ ਵਾ ਇੱਥੇ ਹੀ ਰਹਿ ਜਾਣਾ ਸਭ ਕੁਝ ਆਹੋ ਆਂਦਾ ਮੈਨੂੰ ਵਿਚੋਖਾ ਵੀ ਮੇਰੇ ਨਾਂ ਵੀ ਲਵਾਉਣ ਦਿਓ ਤੇ ਇੱਕ ਕੋ ਤਾਂ ਲੱਲੀ ਹੈ ਨਾ ਉਦਾਂ ਠੱਗੀ ਮਾਰਨ ਆਇਆ ਸੀ ਨਾ ਉਹਨਾਂ ਕੋਲ ਪੈਸੇ ਹਨ ਨਹੀਂ ਉਹਨਾਂ ਕੋਲ ਖਰਚਾ ਹਨ ਨਹੀਂ सारा काम रे बढ़ गया जेड़ा ते होर की नहीं दिया काम वेला रेंदा रेंदा रह जाना ही बिल्कुल रह जाना ही ते बाकी सब तो वध ते मेनू इह गल दा आंदिया भूआ अपनी जुबान ते कायम रही आ सही गल आ भूआ ने पूरी वेला ईमानदारी विखाली आ जे के सामने करवा लिया है ना अपने ना चाचे ने हुण इह हिस्सा भूआ ने सानू दे ही दित्ता उहनी की करन नूं कर ही सकदी ही अगर ओहदे कोल रहिंदा रिहा वा ते होर की चढ़ा सकदा ही जिद्दां मर्जी भूआ ने दस्सिया तां हैगा आया तां हैगा हीगा पूरा होना ते एक गल होर भी आ जे कि अपने ना ये भी लवा जांदा ते सारी उम्र दी लत उत्तों दी हो जानी ही लत इदा किदा उत्तों दी हो जांदी रब भी ते वेंदा ही आ रब भी न्याय करदा पर एक गल मननी पऊ अज भी पुराने रिश्तेदारियां दे विच ना ईमानदारी हैगी आ बिल्कुल हैगी आ भी चल विक्की ये तो काम अपना बहुत वधिया हो गया हुण इदां करिए अपनी भूआ वाली पैली भी अपने नां करवाईए वो तो कहिंदे ही कि जदों ये काम हो जूगा सानू दस दिओ चल जाना तो बनता आ क्योंकि उन्हां नूं लगदा सी कि हरे ये वाली इन्हां दे नां होणी नहीं आ पर ये तो चलो हुण आपां नूं अपना हिस्सा मिल गया जिहड़ा अपने हिस्से आउंदा सीगा ਹੁਣ ਉਧਰ ਚੱਲਦੇ ਆ ਨਾਲੇ ਉਹਨਾਂ ਨੂੰ ਇਹ ਖੁਸ਼ਖਬਰੀ ਦਵਾਂਗੇ ਤੇ ਨਾਲੇ ਵੇਖਦੇ ਆ ਕਿਹੜੇ ਰੰਗ ਵਿਖਾਉਂਦੇ ਆ ਹੁਣ ਇਹ ਤੇ ਹੁਣ ਪਤਾ ਨਹੀਂ ਉਹਨਾਂ ਦੇ ਉੱਤੇ ਕੀ ਬੀਤਣੀ ਆ ਪਰ ਚਲੋ ਗੱਲ ਤੇ ਕਰਨੀ ਪੈਣੀ ਆ ਆਹੋ ਗੱਲ ਕੀਤੇ ਕੋਈ ਹੱਲ ਨਿਕਲਣਾ ਆ ਇਦਾਂ ਤਾਂ ਨਹੀਂ ਚੱਲ ਕਮਲ ਚੱਲੀਏ ਫਿਰ ਇੱਥੇ ਗੱਲਾਂ ਕਰੀ ਜਾਣੀਆਂ ਨੇ ਮੰਮੀ ਕੀ ਕਰਾਂ ਖੁਸ਼ੀ ਬੜੀ ਹੋਣ ਡਈ ਆ ਚੱਲ ਰੋਟੀ ਬਣ ਡਈ ਆ ਪ੍ਰੀਤ ਡਈ ਬਣਾਉਣ ਖਾ ਕੇ ਜਾਇਓ ਨਹੀਂ ਰੋਟੀ ਉੱਥੇ ਬਣੀ ਆ ਤੇ ਚੱਲ ਆ ਜਾਓ ਚੱਲੀਏ ਫਿਰ ਚਲੋ ਵੀ ਮਰਜ਼ੀ ਤੁਹਾਡੀ ਚਲੋ ਚੱਲ ਸਰੀ ਚੱਲੀਏ